ਜਿਹੜੇ ਵੀ ਵਿਦਿਆਰਥੀ ਸਤੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਲਈ ਇੱਕ ਇੰਪੋਰਟੈਂਟ ਨੋਟਿਸ ਯੂਨੀਵਰਸਿਟੀ ਵੱਲੋਂ ਹੁਣ ਅਪਲੋਡ ਕੀਤਾ ਗਿਆ ਹੈ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਰਿਵਾਈਜ਼ਡ ਐਗਜ਼ਾਮ ਸ਼ਡਿਊਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਪਲੋਡ ਕਰ ਦਿੱਤਾ ਗਿਆ ਹੈ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਦੱਸ ਕਰਨਾ ਨਾ ਭੁੱਲਣਾ ਜੋ ਯੂਨੀਵਰਸਿਟੀ ਰਿਲੇਟਿਡ ਲੇਟੈਸਟ ਅਪਡੇਟ ਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਅਸੀਂ ਵੀਡੀਓ ਸਟਾਰਟ ਕਰਨ ਜਾ ਰਹੇ ਜਿਵੇਂ ਕਿ ਤੁਸੀਂ ਕਰੀਂ ਦੇ ਉੱਪਰ ਦੇਖ ਰਹੇ ਹੋ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਵੱਲੋਂ 2/12/2021 ਨੂੰ ਇਹ ਲੈਟਰ ਅਪਲੋਡ ਕੀਤਾ ਗਿਆ ਹੈ ਜੇਕਰ ਤੁਸੀਂ ਇਸ ਲੈਟਰ ਦੇ ਉੱਪਰ ਕਲਿੱਕ ਕਰਦੇ ਹੋ ਤੇ ਇਹਨੂੰ ਓਪਨ ਕਰਕੇ ਦੇਖਦੇ ਹੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਪ੍ਰੀਖੇ ਸ਼ਾਖਾ ਉਹਦੇ ਵੱਲੋਂ ਡੇਟ ਸ਼ੀਟ ਸ਼ਾਖਾ ਵੱਲੋਂ ਜਿਹੜਾ ਇਹ ਲੈਟਰ ਅਪਲੋਡ ਕੀਤਾ ਗਿਆ ਹੈ ਕਿ ਦਸੰਬਰ 2021 ਅਤੇ ਜਨਵਰੀ 2022 ਵਿੱਚ ਹੋਣ ਵਾਲੀਆਂ ਸੈਮੈਸਟਰ ਪ੍ਰਣਾਲੀ ਪ੍ਰੀਖਿਆਵਾਂ ਦਾ ਸ਼ਡਿਊਲ ਪੱਤਰ ਨੰਬਰ ਅਨੁਸਾਰ ਜਾਰੀ ਕੀਤਾ ਗਿਆ ਸੀ ਔਰ ਇਸ ਸ਼ੈਡਿਊਲ ਵਿੱਚ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜੀਆਂ ਹੇਠ ਲਿਖਿਆਵਾਂ ਪ੍ਰੀਖਿਆਵਾਂ ਹਨ ਉਹਨਾਂ ਦੇ ਸਾਹਮਣੇ ਦਿੱਤੀਆਂ ਹੋਈਆਂ ਜਿਹੜੀਆਂ ਡੇਟਸ ਨੇ ਉਹਨਾਂ ਦੇ ਅਕੋਰਡਿੰਗਲੀ ਹੋਣਗੀਆਂ ਹੁਣ ਜੇਕਰ ਤੁਸੀਂ ਡੇਟ ਚੈੱਕ ਕਰਦੇ ਹੋ ਤਾਂ ਇਸ ਦੇ ਵਿੱਚ ਬੀ ਟੈਕ ਦੀਆਂ ਸਾਰੇ ਸੈਮੈਸਟਰ ਦੀਆਂ ਪ੍ਰੀਖਿਆਵਾਂ ਤੀਜਾ ਪੰਜਵਾਂ ਤੇ ਸੱਤਵਾਂ ਸੈਮੈਸਟਰ ਇਹਨਾਂ ਦੀਆਂ 14 ਤਰੀਕ ਤੋਂ ਸਟਾਰਟ ਹਨ ਇਸ ਦੇ ਨਾਲ ਹੀ ਐਮ ਟੈਕ ਦੇ ਸਾਰੇ ਸਟਰੀਮਸ ਇਹਨਾਂ ਦੀਆਂ ਵੀ ਪ੍ਰੀਖਿਆਵਾਂ ਤੀਜੇ ਤੇ ਪੰਜਵੇਂ ਸੈਮੈਸਟਰ ਦੀਆਂ 14 ਤਰੀਕ ਤੋਂ ਸਟਾਰਟ ਹਨ ਇਸ ਤੋਂ ਬਾਅਦ ਜਿੰਨੇ ਵੀ ਪੇਪਰ ਹਨ ਬੀਪੀਟੀ ਸੈਮੈਸਟਰ ਤੀਜਾ ਪੰਜਵਾਂ ਸੱਤਵਾਂ ਐਮਪੀਟੀ ਬੀ ਬੀ ਫਾਰਮੇਸੀ ਐਮ ਫਾਰਮੇਸੀ ਇਸ ਦਾ ਓਨਲੀ ਐਮਪੀਟੀ 5 ਇਅਰ ਇੰਟੀਗ੍ਰੇਟਿਡ ਐਮਬੀਏ ਕੋਰਸ ਹੈ ਐਮਕੋਮ ਦੇ ਓਨਰ ਸਕੂਲ ਦਾ ਜਿਹੜਾ ਹੈ ਇਹ ਸਾਰੇ ਐਗਜ਼ਾਮ ਜਿਹੜੇ ਹਨ ਇਹ 17 ਤਰੀਕ ਤੋਂ ਸਟਾਰਟ ਹੋ ਰਹੇ ਹਨ ਤੀਜੇ ਪੰਜਵੇਂ ਅਤੇ ਸੱਤਵੇਂ ਸੈਮੈਸਟਰ ਦੇ ਉਹਨਾਂ ਦੇ ਦਰਸਾਏ ਹੋਏ ਨੰਬਰ ਦੇ ਅਕੋਰਡਿੰਗਲੀ ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਇਹ ਵੀ ਲਿਖਿਆ ਗਿਆ ਹੈ ਕਿ ਜਿੰਨੇ ਵੀ ਬਾਕੀ ਕਲਾਸਾਂ ਦੇ ਐਗਜ਼ਾਮ ਹਨ ਫੋਰ ਦਾ ਟਾਈਮਿੰਗ ਉਹਨਾਂ ਦੀਆਂ ਡੇਟਸ ਜਿਹੜੀਆਂ ਨੇ ਉਹ ਪੋਸਟਪੋਨ ਕਰ ਦਿੱਤੀਆਂ ਹਨ ਯਾਨੀ ਕਿ ਜਿੰਨੇ ਵੀ ਬੀਏ, ਬੀਸੀਏ, ਬੀਕੋਮ ਆਦ ਜਿੰਨੇ ਵੀ ਕਲਾਸਾਂ ਹਨ ਉਹ ਸਾਰਿਆਂ ਦੇ ਪੇਪਰ ਜਿਹੜੇ ਨੇ ਫੋਰ ਦਾ ਟਾਈਮਿੰਗ ਐਗਜ਼ਾਮ ਜਿਹੜੇ ਨੇ ਉਹ ਟਾਲ ਦਿੱਤੇ ਗਏ ਹਨ ਸੋ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਉਪਰੋਕਤ ਤੋਂ ਇਲਾਵਾ ਸਾਰੇ ਕੋਰਸਾਂ ਦੀਆਂ ਪ੍ਰੀਖਿਆਵਾਂ ਲਈ ਜਾਰੀ ਕੀਤਾ ਸ਼ਡਿਊਲ ਮੰਸੂਕ ਸਮਝਿਆ ਜਾਵੇ ਮੰਸੂਕ ਦਾ ਮਤਲਬ ਹੁੰਦਾ ਹੈ ਕਿ ਫੋਰ ਦਾ ਟਾਈਮਿੰਗ ਉਸ ਨੂੰ ਟਾਲ ਦਿੱਤਾ ਗਿਆ ਹੈ ਔਰ ਜਿਹੜੀਆਂ ਨਵੀਆਂ ਡੇਟਸ ਨੇ ਉਹ ਜਲਦ ਹੀ ਕੋਸ਼ਿਸ਼ਤ ਕਰ ਦਿੱਤੀਆਂ ਜਾਣਗੀਆਂ ਸੋ ਹੁਣ ਵਿਦਿਆਰਥੀਆਂ ਦੇ ਕੋਲ ਹੋਰ ਸਮਾਂ ਜਿਹੜਾ ਹੈ ਐਡ ਹੋ ਚੁੱਕਿਆ ਹੈ ਔਰ ਹੁਣ ਜਿਹੜੇ ਪੇਪਰ ਹਨ ਇਨ੍ਹਾਂ ਕਲਾਸਾਂ ਨੂੰ ਛੱਡ ਕੇ ਬਾਕੀ ਕਲਾਸਾਂ ਦੇ ਜਿਹੜੇ ਨੇ ਉਹ ਡਿਲੇ ਹੋ ਗਏ ਹਨ ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਇਹ ਵੀ ਧਿਆਨ ਵਿੱਚ ਲਿਆ ਗਿਆ ਹੈ ਕਿ ਬਾਕੀ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਇਗਜ਼ਾਮ ਲਏ ਜਾਣਗੇ ਤਾਂ ਪੋਸੀਬਿਲਟੀ ਜਿਹੜੀ ਹੈ ਉਹ ਸਾਰੇ ਪਾਸੇ ਬਣ ਰਹੀ ਹੈ ਫੋਰ ਦਾ ਟਾਈਮਿੰਗ ਯੂਨੀਵਰਸਿਟੀ ਵੱਲੋਂ ਮੋਡ ਆਫ ਐਗਜ਼ਾਮ ਜਿਹੜਾ ਉਹ ਕਨਫਰਮ ਨਹੀਂ ਕੀਤਾ ਗਿਆ ਹੈ ਸਿਰਫ ਇਹ ਦੱਸਿਆ ਗਿਆ ਕਿ ਸਾਰੇ ਪੇਪਰਾਂ ਨੂੰ ਰੀਸ਼ਡਿਊਲ ਕੀਤਾ ਗਿਆ ਔਰ ਜਿਹੜੇ ਬਾਕੀ ਕੋਰਸਸਿਸ ਦੀ ਪ੍ਰੀਖਿਆਵਾਂ ਦਾ ਸ਼ਡਿਊਲ ਹੈ ਉਹ ਜਲਦੀ ਯੂਨੀਵਰਸਿਟੀ ਵੱਲੋਂ ਅਪਲੋਡ ਕਰ ਦਿੱਤਾ ਜਾਊਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਅਨਾਈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ